ਬਚਪਨ ਤੋਂ ਜਵਾਨੀ ਦਾ ਸਫ਼ਰ ਸ਼ੁਰੂ ਹੋ ਗਿਆ। ਸਕੂਲਾਂ ਅਤੇ ਕਿਤਾਬਾਂ ਦੀ ਦੁਨੀਆ ਤੋਂ ਦੂਰ ਮੈਂ ਆਪਣੇ ਵਾਸਤੇ ਨਵਾਂ ਰਾਹ ਲੱਭ ਰਿਹਾ ਸੀ। ਮੈਂ ਆਪਣੀ ਜ਼ਿੰਦਗੀ ਦੀ ਗੰਢਾਂ ਨੂੰ ਆਪ ਖੋਲ੍ਹਣਾ ਚਾਹੁੰਦਾ ਸੀ। ਮੈਂ ਉਸ ਕੰਮ ਦੀ ਭਾਲ ਵਿੱਚ ਸੀ ਜੋ ਮੈਨੂੰ ਦੋ ਟਾਈਮ ਦੀ ਰੋਟੀ ਅਤੇ ਮਨ ਦੀ ਅੰਦਰੂਨੀ ਸ਼ਾਂਤੀ ਦੇ ਸਕੇ। ਪਾਣੀ ਨਾਲ ਮੈਨੂੰ ਬਚਪਨ ਤੋਂ ਹੀ ਬੜਾ ਮੋਹ ਸੀ। ਪਾਣੀ ਵਿੱਚ ਖੇਡਣਾ ਮੈਨੂੰ ਬੜਾ ਜਨੂਨੀ ਜਾਪਦਾ ਸੀ। ਪਾਣੀ ਸਾਨੂੰ ਜੀਵਨ ਦਿੰਦਾ, ਪਰ ਮੇਰੇ ਸਾਹਮਣੇ ਉਹ ਪਾਣੀ ਸੀ ਜੋ ਜੀਵਨ ਲੈਂਦਾ ਸੀ। ਮੇਰੇ ਹੱਥਾਂ ਨਾਲ ਹੋਰ ਹੱਥ ਜੁੜਦੇ ਗਏ। ਇਹ ਹੱਥ ਸਿਰਫ ਮਦਦ ਵਾਸਤੇ ਅੱਗੇ ਆਉਂਦੇ ਸੀ। ਪਾਣੀ ਵਿੱਚੋਂ ਵਸਤਾਂ ਬਾਹਰ ਕੱਢਣਾ ਇਹਨਾਂ ਦਾ ਰੋਜ਼ ਦਾ ਹੀ ਖੇਡ ਸੀ। ਮੇਰੀਆਂ ਅੱਖਾਂ ਨੇ ਕਈ ਹਾਦਸੇ, ਕਈ ਦੁਰਘਟਨਾਵਾਂ ਦੇਖੀਆਂ ਹਨ। ਕਈ ਪਰਿਵਾਰਾਂ ਦੇ ਹੋਣਹਾਰ ਜਵਾਨਾਂ ਨੂੰ ਪਾਣੀ ਦੀ ਸਮਾਧੀ ਲੈਂਦਿਆਂ ਵੇਖਿਆ ਹੈ। ਡੁੱਬਦਿਆਂ ਨੂੰ ਬਚਾਉਣਾ ਇਹਨਾਂ ਦਾ ਮੁੱਖ ਉਦੇਸ਼ ਹੈ, ਪਰ ਇਹ ਕਿਸਮਤ ਦੀ ਖੇਡ ਹੈ ਕਿ ਜ਼ਿਆਦਾ ਦੇਹਾਂ ਮ੍ਰਿਤਕ ਹੀ ਕੱਢਣ ਨੂੰ ਮਿਲਦੀਆਂ ਹਨ। ਜਦ ਪਰਿਵਾਰ ਵਾਲੇ ਇਹਨਾਂ ਦੇਹਾਂ ਨੂੰ ਦੇਖਣ ਤੋਂ ਵੀ ਨਕਾਰ ਜਾਂਦੇ ਹਨ, ਤਾਂ ਇਹ ਹੱਥ ਉਹਨਾਂ ਦੇਹਾਂ ਨੂੰ ਪਾਣੀ ਤੋਂ ਲੈ ਕੇ ਉਹਨਾਂ ਦੇ ਦਾਹ ਸੰਸਕਾਰ ਤੱਕ ਲੈ ਕੇ ਜਾਂਦੇ ਹਨ। ਪਰ ਇਹਨਾਂ ਹੱਥਾਂ ਦੀ ਸਾਡੇ ਸਮਾਜ ਵਿੱਚ ਕੋਈ ਪਹਿਚਾਣ ਨਹੀਂ ਹੈ। ਇਹਨਾਂ ਚਿਹਰਿਆਂ ਦਾ ਕੋਈ ਨਾਮ ਨਹੀਂ ਹੈ। ਇਹਨਾਂ ਦੀ ਪਹਿਚਾਣ ਗੁੰਮਨਾਮ ਹੋ ਕੇ ਰਹਿ ਜਾਂਦੀ ਹੈ। ਇਹਨਾਂ ਦੀ ਜ਼ਿੰਦਗੀ ਦਾ ਇਹੀ ਸਿਲਾ ਹੈ।